ਅੰਮ੍ਰਿਤਸਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਅੰਮ੍ਰਿਤਸਰ ਦੀ ਰਹਿਣ ਵਾਲੀ ਸੋਨੀਆ ਨਾਮਕ ਕੁੜੀ ਜੋ ਕਿ ਸੱਬੋ ਡਾਂਸ ਗਰੁੱਪ ਵਿੱਚ ਡਾਂਸ ਦਾ ਕੰਮ ਕਰਦੀ ਸੀ। ਸੋਨੀਆ ਦਾ 2 ਸਾਲ ਪਹਿਲਾਂ ਵਿਆਹ ਤੋਂ ਬਾਅਦ ਇੱਕ ਬੱਚਾ ਹੋਇਆ ਸੀ। ਸੋਨੀਆ ਨੇ ਸੱਬੋ ਕੋਲੋਂ ਕੁਝ ਪੈਸੇ ਲਏ ਸਨ ਜਿਸ ਦੇ ਬਦਲੇ ਸੱਬੋ ਨੇ ਕਾਗਜ਼ ਤੇ ਇਹ ਲਿਖਵਾ ਲਿਆ ਸੀ ਕਿ ਜਦੋਂ ਤੱਕ ਪੈਸੇ ਵਾਪਸ ਨਹੀਂ ਮਿਲਦੇ ਉਸ ਦਾ ਬੱਚਾ ਮੇਰੇ ਕੋਲ ਰਹੇਗਾ। ਪਰ ਸੋਨੀਆ ਨੇ ਦੋਸ਼ ਲਾਇਆ ਹੈ ਕਿ ਮੇਰੇ ਵੱਲੋਂ ਪੈਸੇ ਦੇਣ ਮਗਰੋਂ ਵੀ ਮੇਰਾ ਬੱਚਾ ਵਾਪਸ ਨਹੀਂ ਕੀਤਾ ਗਿਆ। ਨਹੀਂ ਮੈਂ ਤਾਂ ਮੇਰਾ ਬੱਚਾ ਲੈ ਖਾ ਲਿਆ ਕਚੈਰੀ ਚ ਲੈ ਕੇ ਤੇ ਮੈਂ ਪੈਸੇ ਵੀ ਧਾਰ ਦਿੱਤੇ ਆ ਪਰ ਹੁਣ ਮੇਰਾ ਬੱਚਾ ਡੇਢ ਮਹੀਨੇ ਤੋਂ ਮੇਤੇ ਲੱਗ ਕੀਤਾ ਹੋਇਆ ਮੈਨੂੰ ਦਿਖਾਇਆ ਵੀ ਨਹੀਂ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਲੋਕਾਂ ਦੀ ਸੋਚ ਕਿਸ ਕਦਰ ਗਿਰ ਗਈ ਹੈ ਕਿ ਲੋਕ ਹੁਣ ਪੈਸੇ ਦੇ ਬਦਲੇ ਆਪਣੀ ਔਲਾਦ ਨੂੰ ਹੀ ਗਿਰਵੀ ਰੱਖਣ ਲੱਗ ਪਏ ਹਨ। ਪਰ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਇੱਕ ਮਾਂ ਨੂੰ ਉਸ ਦਾ ਬੱਚਾ ਕਦੋਂ ਮਿਲੇਗਾ ਤੇ ਇੱਕ ਮਾਂ ਨੂੰ ਕਦੋਂ ਤੱਕ ਕਾਨੂੰਨੀ ਜੰਗ ਲੜਨੀ ਪਵੇਗੀ।